मैं पीसी ने एक शो की तरह सीखा लाफ्टर द मास्टर एक कॉमेडी शो सीखा जिसमें मैं जज थी और उसके मैं चंद्रा को पहली बार मिली सी एक कंटेस्टेंट्स द मेंटोर सीखे और मैं बहुत इंप्रेस हुई सी कि विट ह्यूमर में रिस्पॉन्सिबल गर्ल की थी तो असली अपनी फिल्म पावर कल्चर और इन्होंने इतना खूबसूरत रोल किया सीखा सो थैंक यू चंद्रा फॉर बीइंग हियर मेरी उधर होती है वो ओके चंद्र भाई प्रो ने क्या करती हूं बढ़िया परफॉर्म करना है ठीक है जी ओके नहीं ऑडियंस बहुत सोनी है ताली बजाने सपोर्ट करने कर रहा है बाकी से तो छोटे के सवाल लेंगे और टीचर तुमने देखा थे आरती लिखा मैं आते हैं आते लगा भाई पहले थे फैमिली से शो मैं बिना टीचर से चंगा लगा अच्छा तो तुम दोनों चुप करो फूल गलत तो क्या ना करया करो चंद्र आ जाओ स्टेज इज ऑल योर्स बहुत बहुत शुक्रिया मैं गल याद आ गई पहले गल सुना फिर बाद फॉर्मेलिटी कर सिद्धू भाजी ना साढ़े वो बगल कर देते हैं आज ना बात और छाया गुरु और छाया गुरु मतलब ऐसे कहते हैं सर और छाया गुरु मतलब इस तरह माइक लाके अले स्टेज पे आ गई मैं और छाया गुरु कहता सर मैं माइक ना बंदे ने पीछे आना बहुत बहुत शुक्रिया जी तुम मैं महंगाई के तौर पर इन्नी इज्जत दी है मैडम उन्होंने ताली मारी है बहुत अच्छा लग रहा है पर इन्नी इज्जत देने नहीं चाहिए क्योंकि गरीब बंदे को इज्जत हो ना इदा लगता उसकी बेइज्जती होगी मैं सच्ची च अज मैं थोड़े वधिया कपड़े पाए मैं आ रहा सीगा किसी ने मैनू कुछ कह ही नहीं सारे गल घूर घूर के बैठी मैनू पता लगा कि मेरी बेइज्जती होगी मैं आपे कहता मैं यार इदा जो वेलो ना मैं ला देना ਕਿਹੜੀ ਗੱਲ ਹੈ ਸੋ ਇਸ ਕਰਕੇ ਚੱਕਰ ਹੈ ਕਿ ਗਰੀਬ ਬੰਦੇ ਨੂੰ ਕਦੇ ਇੰਨੀ ਇੱਜ਼ਤ ਨਹੀਂ ਮਿਲਦੀ ਸੋ ਮੈਂ ਆਪਣੇ ਆਪ ਨੂੰ ਤੁਸੀਂ ਹੁਣ ਸਾਰੇ ਸੋਚਦੇ ਹੋਵੋਗੇ ਕਿ ਮੈਂ ਚਾਹ ਵਾਲੇ ਕੱਪੜੇ 'ਚ ਕਿਉਂ ਨਹੀਂ ਆਇਆ ਚਾਹ ਵਾਲਾ ਤੇ ਇੱਕ ਨਹੀਂ ਮਾਂ ਇਹ ਤਾਂ ਸੋਚਿਆ ਨਾ ਛੱਡੋ ਬਰੇ ਦੂਜੇ ਦੀ ਲੋੜ ਹੈ ਸੋ ਆਈ ਸਲੂਟ ਮਾਈ ਕੌਮ ਪੰਜਾਬੀ ਆਈ ਐਮ ਪ੍ਰਾਊਡ ਆਫ ਮਾਈਸੈਲਫ ਕਿ ਮੈਂ ਪੰਜਾਬੀ ਹਾਂ ਸੋ ਪਲੀਜ਼ ਪੰਜਾਬੀ ਦੇ ਰਾਮ ਜੋੜਾ ਤਾਲੀਆਂ ਕਿਉਂਕਿ ਪੰਜਾਬੀਆਂ ਦੀ ਐਨਰਜੀ ਵਰਗੀ ਐਨਰਜੀ ਕਿਸੇ ਨਹੀਂ ਹੈ ਵੈਸੇ ਤਾਲੀਆਂ ਤਾਂ ਮੈਨੂੰ ਲੱਗਦਾ ਹੈ ਕਿ ਪੰਜਾਬੀ ਬੈਠੇ ਨੇ ਪਲੀਜ਼ ਜ਼ੋਰਦਾਰ ਤਾਲੀਆਂ ਪੰਜਾਬੀਆਂ ਦੀ ਐਨਰਜੀ ਇੰਨੀ ਕਿ ਜ਼ਿਆਦਾ ਐਨਰਜੀ ਹੈ ਕੋਈ ਵੀ ਮੈਚ ਨਹੀਂ ਕਰ ਸਕਦਾ ਕਿਉਂ ਕਿਉਂਕਿ ਇਹ ਜਾਣ ਦੇ ਕੁਝ ਨਹੀਂ ਕਰਦੇ ਜਾਂ ਸਕਦੇ ਪ੍ਰਧਾਨ ਮੰਤਰੀ ਬਣ ਉਹ ਵੀ ਅੱਜ ਕੱਲ੍ਹ ਥੋੜ੍ਹਾ ਗੁਜਰਾਤੀ ਸਾਡੇ ਤੇ ਛਾਏ ਹੋਏ ਨੇ ਇਸ ਕਰਕੇ ਅੱਛਾ ਇਹ ਕੁਝ ਨਹੀਂ ਕਰਦੇ ਮਤਲਬ ਇਹ ਜ਼ਿਆਦਾਤਰ ਲੋਕ ਵਿਹਲੇ ਹੁੰਦੇ ਨੇ ਲੇਕਿਨ ਸਭ ਤੋਂ ਵੱਧ ਬਿਜ਼ੀ ਇਹ ਹੀ ਨੇ ਕਿੱਥੇ ਬਿਜ਼ੀ ਹੈ ਮੈਂ ਤੁਹਾਨੂੰ ਦੱਸਦਾ ਇਹ ਬਾਥਰੂਮ ਚ ਬੜਾ ਬਿਜ਼ੀ ਰਹਿੰਦੇ ਨੇ ਇੰਟਰਨੈਸ਼ਨਲ ਮੁੱਦੇ ਦੇ ਬਾਰੇ ਸੋਚਣ ਦਿੰਦੇ ਨੇ ਯਾਰ ਲਦੀਨ ਕਿੱਥੇ ਬੈਠਾ ਹੋ ਇਹ ਤੂੰ ਸੋਈ ਤੂੰ ਕਿੱਥੇ ਬੈਠਾ ਪਾਣੀ ਡੋਲ ਆਪਣਾ ਕੰਮ ਕਰ ਰਿਹਾ ਹੈ ਅਸੀਂ ਮੈਂ ਬੰਬੇ ਰਹਿਣਾ ਤੇ ਕਦੇ ਕਦੇ ਪੰਜਾਬ ਆ ਜਾਂਦਾ ਬੰਬੇ ਰਹਿਣਾ ਕੋ ਫੁਗਰੀ ਵਾਲੀ ਗੱਲ ਨਹੀਂ ਸੱਚੀ ਮੈਂ ਰਹਿਣਾ ਬੰਬੇ ਮੈਂ ਬੰਬੇ ਰਹਿਣਾ ਕਦੇ ਪੰਜਾਬ ਆਉਣਾ ਤੇ ਪੰਜਾਬ ਆ ਕੇ ਫਿਰ ਉਹੀ ਸਾਡਾ ਕਲਚਰ ਬੰਬੇ ਦਾ ਕਲਚਰ ਥੋੜਾ ਜਿਹਾ ਵਧੀਆ ਕਲਚਰ ਆ ਪੰਜਾਬ ਦਾ ਥੋੜਾ ਜਿਹਾ ਖੁਸ਼ ਖੁਸ਼ ਮਨਾਜ ਲੋਕੀ ਨੇ ਤੇ ਬੜੀਆਂ ਗੱਲਾਂ ਆਬਜ਼ਰਵ ਕਰਨ ਨੂੰ ਮਿਲਦੀਆਂ ਨੇ ਜਦੋਂ ਮੈਂ ਇੱਥੇ ਆਇਆ ਬੰਬੇ ਕਾਲ ਕਰੋ ਤੁਸੀਂ ਬੰਬੇ ਕੋਈ ਤੁਹਾਡੀ ਜ਼ਿਆਦਾ ਸੋ ਬੰਬੇ ਕਾਲ ਕਰੋ ਤੁਸੀਂ ਵੈਸੇ ਕਿਸੇ ਨੂੰ ਹੈਲੋ ਯੈਸ ਮੈਨ ਅੱਛਾ ਨਾਮ ਬੰਬੇ ਬੜੇ ਵਧੀਆ ਵਧੀਆ ਮੈਨ ਹੈਲੋ ਮੈਨ ਯਾ ਬੜੇ ਅਰੇ ਇਹ ਨਵਾਂ ਦੇ ਕਰਦਾ ਤਾਂ ਵੀ ਮੈਂ ਬਿਜ਼ੀ ਹਾਂ ਅਭੀ ਬਾਤ ਹੈ ਓਕੇ ਬਿਜ਼ੀ ਲੋ ਤੁਸੀਂ ਦਿੱਲੀ ਕੋਲ ਤੋਂ ਹੈਲ ਰਹਾ ਹੂੰ ਕਿਆ ਕਰ ਰਹਾ ਕੁਛ ਨਹੀਂ ਯਾਰ ਬਿਜ਼ੀ ਹਾਂ ਫਾਰਮ ਸਾ ਸ਼ੋਪਿੰਗ ਕਰਾਉਣਾ ਓਕੇ ਭਾਈ ਯਾਰ ਬਿਜ਼ੀ ਹੂੰ ਮੈਂ ਸਾਰੇ ਬਿਜ਼ੀ ਮੈਂ ਪੰਜਾਬ ਫੋਨ ਕੀਤਾ ਮੈਂ ਕਿ ਵੀ ਹਲੋ ਡੈਡੀ ਆਪਨ ਫੋਨ ਕਰ ਰਹਾ ਕਿ ਹਾਂ ਡੈਡੀ ਕੀ ਕਰ ਰਹੇ ਨੇ ਕੋਈ ਨਹੀਂ ਯਾਰ ਪੱਤੀ ਗਈ ਜਾਂ ਬੈਠੇ ਆ ਮੈਂ ਤਾਂ ਬੈਠੇ ਨੂੰ ਤੂੰ ਕੀ ਜਾਣਦਾ ਮੈਂ ਤਾਂ ਮੈਂ ਵੀ ਬੈਠਾ ਹੀ ਸੋ ਮੈਂ ਜਦੋਂ ਟਰੈਵਲ ਕਰਦਾ ਮੈਂ ਪਹਿਲਾਂ ਤੁਹਾਨੂੰ ਦੱਸ ਦਵਾਂ ਕਿ ਮੈਂ ਕੋਈ ਕਮੇਡੀਅਨ ਨਹੀਂ ਮੈਂ ਸੱਚੀ ਜੀ ਮੈਨੂੰ ਕਾਮੇਡੀ ਨਹੀਂ ਆਉਂਦੀ ਮੈਂ ਵੈਸੇ ਇਹ ਜਿਹੜੇ ਜਨਰਲ ਆਬਜ਼ਰਵੇਸ਼ਨ ਹੈ ਉਹ ਹੀ ਤੁਹਾਨੂੰ ਡਿਸਕਸ ਕਰਾਂ ਅੱਜ ਮੈਂ ਜੀ ਅਮਰੀਕਾ ਗਿਆ ਇਹਦੇ 'ਚ ਵੀ ਕੋਈ ਫੁਕਰੀ ਵਾਲੀ ਗੱਲ ਨਹੀਂ ਮੈਂ ਸੱਚੀ ਗਿਆ ਅਮਰੀਕਾ ਗਿਆ ਉੱਥੇ ਬੜੀਆਂ ਗੱਲਾਂ ਆਬਜ਼ਰਵ ਕੀਤੀਆਂ ਸੀ ਅਮਰੀਕਾ 'ਚ ਮੈਂ ਉੱਥੇ ਦੇਖਿਆ ਕਿ ਇੰਨੀ ਸਫਾਈ
ਐਨੀ ਸਫਾਈ ਮੈਂ ਉਹਨਾਂ ਦੇ ਬਾਥਰੂਮ 'ਚ ਗਿਆ, ਬਾਥਰੂਮ ਇੰਨਾ ਸਾਫ਼ ਭਾਜੀ ਮੇਰਾ ਕੁਛ ਗੰਦਾ ਕਰਨ ਜੀਏ ਤਾਂ ਮੈਂ ਵੈਸੇ ਹੱਥ ਧੋ ਕੇ ਬਾਹਰ ਆਉਂਦਾ ਚੱਡ ਯਾਰ ਅੰਮ੍ਰਿਤਸਰ ਚੈੱਕ ਕਰਾਂਗੇ। ਐਨੀ ਸਫਾਈ ਟੋਇਲਟ 'ਤੇ ਬੈਠਾ ਬੈਠਾ ਮੈਂ ਤਾਂ ਡੇਢੀ ਫੀਲ ਕਰਦਾ, ਨਹੀਂ ਯਾਰ ਕੁਛ ਗਲਤ ਕਰ ਰਿਹਾ। ਸਾਡੇ ਇੱਧਰ ਬਾਥਰੂਮਾਂ ਚੱਲ ਜਾਓ, ਉਹ ਬੰਦਾ ਬਾਥਰੂਮ ਜਾਂਦਾ ਕੁਛ ਹੋਰ ਨਿਕਲ ਨਿਕਲ ਚੀਕ ਨਿਕਲ ਆਉਂਦੀ ਆ, ਇਹ ਅੰਦਰ ਕੌਣ ਗਿਆ ਸੀ? ਔਰਤਾਂ ਨੇ ਕੋਈ ਸਭ ਤੋਂ ਬੜੀਆਂ ਡਿਫਰੈਂਟ, ਸਾਡੀਆਂ ਔਰਤਾਂ ਤੋਂ ਬੜੀਆਂ ਡਿਫਰੈਂਟ ਨੇ। ਉਹਨਾਂ ਲੇਡੀਜ਼ ਸਪੇਸ ਵਿੱਚ ਜਦੋਂ ਉੱਠਦੇ ਨੇ ਕੀ ਲੱਗਦੀਆਂ ਨੇ, ਵੇਅਰ ਇਜ਼ ਮਾਈ ਕੀ, ਵੇਅਰ ਇਜ਼ ਮਾਈ ਮੋਬਾਈਲ, ਵੇਅਰ ਇਜ਼ ਮਾਈ, ਵੇਅਰ ਇਜ਼ ਦਾ ਲੈਪਟਾਪ। ਸਾਡੀਆਂ ਜਨਾਨੀਆਂ ਇੱਥੇ ਲੱਭਦੀਆਂ ਨੇ, ਪਰ ਹੋਰ ਵੀ ਬਹੁਤ ਕੁਛ ਲੱਭਣੀਆਂ ਨੇ। ਨਹੀਂ ਜੀ, ਇਹ ਮੇਰੇ ਸਰਦਾਰ ਦੇ ਨਾਲ ਤੋਂ ਕੱਢਿਆ ਜੀ, ਇਹ ਨੌ ਨੰਬਰ ਦੇ ਸਲਾਈ ਨੇ ਬੜੇ ਭਾਵਾ ਚੱਲਦੇ ਤਾਂ ਮੰਨ ਵਾਲੀ ਪਈ ਆ। ਮੈਡਮ ਬੜੀ ਜ਼ੋਰ ਦੀ ਹੱਸੇ ਨੇ। ਸੋ ਇਹ ਸੱਚ ਹੈ ਜੀ, ਇਹ ਫੈਕਟ ਆ। ਅਸੀਂ ਕਦੇ ਕਦੇ ਇਹ ਜਿੰਨਾ ਤੁਸੀਂ ਟਰੈਵਲ ਕਰੋਗੇ ਇਹ ਓਨੇ ਤੁਹਾਨੂੰ ਐਕਸਪੀਰੀਅੰਸਿਸ ਮਿਲਦੇ ਨੇ, ਲਾਈਫ ਇਜ਼ ਅ ਮਿਕਸਚਰ ਆਫ ਐਕਸਪੀਰੀਅੰਸਿਸ। ਮੈਂ ਤੁਹਾਨੂੰ ਤੁਹਾਡੇ ਦਿਲ ਜੀ ਬੋਲਣ ਉਪਰੀ ਵਾਲੀ ਗੱਲ ਨਹੀਂ, ਸੱਚੀ ਬੋਲਣ। ਅਤੇ ਉੱਥੋਂ ਦੀ ਜਨਾਨੀ ਨੂੰ ਮਾੜੇ, ਤੁਸੀਂ ਕਿਸੇ ਨੂੰ ਚਪੇੜ ਮਾਰਤਾ ਸਟੂਡੈਂਟ ਵਾਈਜ਼ ਲੜਾਈ ਕਹਿੰਦੇ, ਮਾੜੇ ਹੱਥ ਲਾ ਲਓ ਆਈ ਵਾਂਟ ਡਾਈਵੋਰਸ, ਅਤੇ ਤੂੰ ਰੀਚਾਰਜ ਕਰਾਉਣਾ ਹੀ ਆਈ ਵਾਂਟ ਡਾਈਵੋਰਸ। ਲੱਗਣਾ ਪੈਂਦੀ
ਤੇਰੇ ਮੂੰਹ ਤੇ ਪੁੱਛਾ ਉਹ ਤੇਰੇ ਨਾਲ ਪੁੱਛਾ ਕਰਦੇ ਸੋਦੇ ਸਵੇਰ ਨੂੰ 100 ਗ੍ਰਾਮ ਪੁੱਛਾ ਤੇਰੇ ਮੂੰਹ ਤੇ ਲੈ ਆਉਂਦੀ ਹੈ ਬੰਦਾ ਸਾਰੀ ਦਿਹਾੜੀ ਇਹੀ ਸੋਚਦਾ ਯਾਰ ਇਹਨੂੰ ਮੈਂ ਕੀ ਕਹਾਂ ਭਰਾ ਕਮਾਂ ਦੇ ਭਾਬੀ ਜਵਾਂ ਕਿ ਕੀ ਕਹਾਂ ਉਹ ਫਿਰ ਮੈਡਮ ਨੇ ਕਹਿੰਦੇ ਤਾਲੀਆਂ ਮਾਰੀਆਂ ਜਾਂ ਪਿੱਛੋਂ ਨਹੀਂ ਲਾ ਦਿੱਤੇ ਭਾਜੀ ਆਵਾਜ਼ ਆਉਂਦੀ ਤੈਨੂੰ ਸੋ ਬਾਕੀ ਇੱਕ ਹੋਰ ਬੜਾ ਲੌਜਿਕ ਹੈ ਗੋਰੇ ਲੋਕ ਜਿਹੜੇ ਹੁੰਦੇ ਨੇ ਟਾਈਮ ਨਹੀਂ ਵੇਸਟ ਕਰਦੇ ਬਿਲਕੁਲ ਨਹੀਂ ਟਾਈਮ ਵੇਸਟ ਕਰਦੇ ਤੁਸੀਂ ਕਦੇ ਵੀ ਲੋ ਸਾਡੇ ਦੇ ਲੋਕ ਟਾਈਮ ਬੜਾ ਵੇਸਟ ਕਰਦੇ ਪਹਿਲਾਂ ਤਾਂ ਉਹਨਾਂ ਨੇ ਆਪਣਾ ਥੋਕ ਸੁੱਟ ਕੇ ਦੱਸਦਾ ਸੁਣ ਉਹਨੂੰ ਵੇਖੀ ਜਾਣ ਅੱਛਾ ਇਹ ਨਹੀਂ ਵੀ ਵੇਖ ਲਿਆ ਅੱਗੇ ਆਪਣਾ ਕੰਮ ਕਰੋ ਨਾ ਨਾ ਹੋਰ ਕ੍ਰੀਏਟਿਵਿਟੀ ਕਰਦੇ ਨੇ ਗੋਰੇ ਲੋਕ ਦੀ ਕੋਈ ਟਾਈਮ ਕਿਤੇ ਨਹੀਂ ਵੇਸਟ ਕਰਦੇ ਮਤਲਬ ਛੇ ਕੋਈ ਮਾਰਨੇ ਨੀ ਗੋਰਿਆਂ ਨੇ ਕੋਈ ਗੱਲ ਤਾਂ ਮੋਟਰ ਵਾਲਾ ਸੋਚੋ ਹੁਣ ਕਿਤਾ ਸਾਡੇ ਦੇ ਭਾਜੀ ਅੱਧਾ ਘੰਟਾ ਛੇਕ ਦੇ ਵੇਸਟ ਕਰ ਦਿੰਦੇ ਪਹਿਲਾਂ ਤਾਂ 15 ਮਿੰਟ ਮੂੰਹ ਬਣਾਉਣ ਦੀ ਵੇਸਟ ਕਰ ਦਿੰਦੇ ਫਿਰ ਅਗਲੇ 15 ਮਿੰਟ ਡਾਇਗਨੋਸ ਕਰ ਦਿੰਦੇ ਉਹ ਯਾਰ ਇਹ ਆਊਟ ਆਫ ਸੇਵਸ ਆ ਪਰ ਉਹ ਹੀ ਚੇਕ ਆਪਣੇ ਪੂਰੇ ਇਨਵੈਸਟ ਕਰ ਦਿੰਦੇ ਚਾਲ ਲਓ ਜੀ ਇਹ ਸੱਚ ਹੈ ਗਾ ਫੈਕਟ ਹੈ ਅੱਛਾ ਐਸੀ ਗੱਲ ਨਹੀਂ ਅੱਛਾ ਆਪ ਤੇ ਜੀ ਨੇ ਬਾਤ ਨਹੀਂ ਨਾ ਕਿ ਗੋਰੇ ਬਹੁਤ ਹੀ ਨਰਕੀ ਸਾਡੀ ਜੀ ਬੜੀ ਨਰਕੀ ਹੈ ਪਰ ਆਪਾਂ ਸਾਡੀ ਜਿਹੜੀ ਉਹ ਸਿਵਾਇਟੀ ਨੂੰ ਚੈਨਲਾਈਜ਼ ਨਹੀਂ ਕਰਦੀ ਮੈਂ ਕਦੇ ਜੀ ਬੋਲਣਾ ਆਪ ਪੂਰੀ ਕੋਈ ਗੱਲ ਨਹੀਂ ਹੈ ਅਸੀਂ ਚੈਨਲਾਈਜ਼ ਨਹੀਂ ਲਾਈਕ ਕਰਦੇ ਨਾ ਦੇਖਿਆ ਲੰਡਨ ਗਿਆ ਸੱਚੀ ਨੌਕਰੀ ਵਾਲੀ ਗੱਲ ਨੀ ਇਹ ਸੱਚ ਹੈ ਸਾਡੇ ਇੱਧਰ ਜਦੋਂ ਸ਼ਾਦੀਆਂ ਹੁੰਦੀਆਂ ਨੇ ਗੋਰੇ ਜਦੋਂ ਸ਼ਾਦੀ ਹੁੰਦੀ ਨਾ ਉਹ ਬਹੁਤ ਵਧੀਆ ਸੈਲੀਬ੍ਰੇਟ ਕਰਦੇ ਆ ਉਹ ਬੇਟੇ ਦੀ ਸ਼ਾਦੀ ਕੇਕ ਕੱਟ ਕੇ ਇੱਕ ਦੂਜੇ ਨੂੰ ਖਾਦੇ ਉਹ ਕਰਦੇ ਆ ਕੰਗ੍ਰੈਚੁਲੇਸ਼ਨ ਤੇ ਰੋਦੀਆਂ ਜੋ ਕਿ ਸਾਰੇ ਮੈਨੇਜ ਕਰਦੇ ਨੇ ਉਹ ਸਾਡੇ ਤੱਕ ਹੀ ਕਰਦੇ ਨਹੀਂ ਕਰਦੇ ਬਾਕੀ ਸਾਡੇ ਅਲਾਊਡ ਨਹੀਂ ਹੈ ਓਪਨ ਤੇ ਉਹ ਪ੍ਰੋਪਰ ਸੈਲੀਬ੍ਰੇਟ ਕਰਦੇ ਨੇ ਸਾਡੇ ਇੱਧਰ ਦੇ ਭਾਈ ਜਦੋਂ ਬੰਦੇ ਦਾ ਵਿਆਹ ਹੋਇਆ ਤਾਂ ਟੈਨਸ਼ਨ ਹੀ ਮਿਲ ਰਹੇ ਨੇ ਟੈਨਸ਼ਨ ਕਿੱਦਾਂ ਦੇ ਮੈਂ ਤਾਂ ਦੱਸਦਾ ਬੰਦੇ ਦਾ ਵਿਆਹ ਹੋ ਗਿਆ ਉਹ ਚਾਈ ਚਾਈ ਵਿਚਾਰਾ ਬਾਹਰ ਜਾਂਦਾ ਬਾਹਰ ਅੰਗੂਰ ਲੈ ਕੇ ਜਾਂਦਾ ਵੀ ਨਾ ਹੋਇਆ ਉਹ ਮਿਡਲ ਕਲਾਸ ਬੰਦੇ ਕੀ ਲੈ ਕੇ ਜਾਣਾ ਸਵਾਇ ਅੰਗੂਰਾਂ ਦੇ ਅੰਗੂਰ ਲੈ ਕੇ ਜਾਂਦਾ ਆਪਣੀ ਮੋਟੀ ਜਾ ਕੇ ਨਾ ਵਿਆਹ ਤੋਂ ਬਾਅਦ ਟੈਨਸ਼ਨ ਕਿਵੇਂ ਲੈਂਦੇ ਨੇ ਦਾਦੀ ਤੇ ਰਸਤੇ ਅੰਗੂਰ ਲੈ ਕੇ ਉਹਨੇ ਮੂੰਹ ਸਟਾ ਆਣੀ ਰਸਤੇ ਅੰਗੂਰ ਲੈ ਕੇ ਮਾਂ ਨੂੰ ਦੇ ਮਾਂ ਜਾ ਕੇ ਹੋਇਆ ਕੀ ਮਾਂ ਨੂੰ ਪੁੱਛ ਹੋਇਆ ਕੀ ਆਪੇ ਪੁੱਛੋ ਮੈਂ ਨਹੀਂ ਦੱਸਣਾ ਪਤਾ ਨਹੀਂ ਕੀ ਗੱਲ ਹੋ ਗਈ ਉਹ ਮੰਮੀ ਵੀ ਚੱਲ ਕਹਿੰਦਾ ਮੰਮੀ ਮੈਂ ਤਾਂ ਰਸਤੇ ਅੰਗੂਰ ਲੈ ਗਿਆ ਉਹਨੂੰ ਦੇ ਰੰਗ ਮਰੀਦਾ ਜੇ ਤੈਨੂੰ ਲੱਗ ਗਿਆ ਉਹਨੂੰ ਦੇ ਤਰ ਖੜੇ ਮੋ ਤੇਰਾ ਬੁੱਢੀ ਤੈਨੂੰ ਲੱਗ ਗਿਆ ਤਰ ਖੜੇ ਮੋ ਤੇਰਾ ਅੰਗੂਰ ਤੋੜ ਤੋੜ ਪਾਣਾ ਟੁੰਡੀ ਹੋ ਗਈ ਆ ਉਹ ਆਪ ਨਹੀਂ ਕਰ ਸਕਦੀ ਉਹ ਕਹਿੰਦਾ ਹੋਇਆ ਕੀ ਉਹਨੂੰ ਪੁੱਛ ਮੈਨੂੰ ਤੂੰ ਪੁੱਛਣਾ ਉਹਨੂੰ ਦੇ ਜਾ ਉਹ ਕਹਿੰਦਾ ਤੁਸੀਂ ਦੋਵੇਂ ਨਾ ਛੋ ਮੈਂ ਡੈਡੀ ਵੀ ਜਾਣਾ ਡੈਡੀ ਕੋਠੇ ਤੇ ਬਚਾ ਉਹ ਆਪਣਾ ਅਰਮਾਨ ਦਾਸ
ਮੈਂ ਰੈਡੀ ਕਰ ਉਸ ਤੇ ਅੰਗੂਰ ਲੈ ਲੈਣਾ ਘਰ ਦੇ ਮੁੰਡੇ ਜਿਹਨਾਂ ਦਾ ਘਰ ਸਾਡਾ ਕੋਈ ਘਰ ਹੈ ਨਾ ਰੈਡੀ ਹੋ ਜਾਂਦੀ ਹੈ ਉਹਨੂੰ ਪੁੱਛ ਜਿਹਨਾਂ ਦਾ ਘਰ ਸਾਡਾ ਨਹੀਂ ਮਿਲਦਾ ਉਹ ਤਾਂ ਹੋਇਆ ਕੀ ਇੰਨਾ ਨਹੀਂ ਸੀ ਮੈਨੂੰ ਦਿੱਤਾ ਕਿਤੇ ਆ ਕੇ ਨਹੀਂ ਦਿੱਤਾ ਮੈਂ ਕਿਹਾ ਕਿ ਕਾਕਾ ਸਕੂਲੇ ਜਾਂਦਾ ਤਾਂ ਮੈਨੂੰ ਵੀ ਸਕੂਲੇ ਭੇਜ ਲਿਆ ਕਰੋ ਫਿਰ ਥੈਂਕ ਯੂ ਨਹੀਂ ਤੇ ਭਾਜੀ ਕਦੇ ਹੈ ਪਟੀ ਸਾਹਿਬ ਐ ਮੈਂ ਹੁਣੇ ਅੰਦਰ ਆਉਂਗਾ ਤੇ ਕਿੰਨੇ ਕਿੰਨੇ ਬੱਚੇ ਮੇਰੇ ਕੋਲ ਆ ਕਹਿੰਦਾ ਅੰਕਲ 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 ਤੁਸੀਂ ਦੁੱਧ ਪੀ ਲੈਂਦੇ ਹੋ ਯਾਰ ਬੇਟੇ ਪੀ ਲੈਣਾ ਸਿੱਟ ਕਿਹੜੀ ਮੈਂ ਡਿੱਗਦਾ ਤੂੰ ਸਾਡਾ ਪੁੱਤਾਂ ਨੂੰ ਪੀ ਲੈਂਦਾ ਮੈਂ ਕਹਿੰਦਾ ਵੀ ਸੱਚੀ ਜਿਹੜੇ ਬੱਚੇ ਸ਼ਰਾਰਤੀ ਆ ਉਹ ਇੱਕ ਨੰਬਰ ਸ਼ਰਾਰਤੀ ਮੈਂ ਦੋਸਤ ਠੀਕਾ ਉਹ ਹਮੇਸ਼ਾ ਪੁੱਠਾ ਜਵਾਬ ਦਿੰਦਾ ਤੁਸੀਂ ਵੈਸੇ ਦੇ ਬਾਅਦ ਕਿਸੇ ਬੱਚੇ ਨੂੰ ਪੁੱਛੋ ਨਾ ਅੰਗਰੇਜ਼ ਦੇ ਬੱਚੇ ਕਿਸੇ ਨੂੰ ਪੁੱਛ ਲਓ ਫੋਰਨ ਚ ਕੋਈ ਬੱਚਾ ਜਿਹੜਾ ਐਂਗਲਾ ਹੀ ਬੱਚਾ ਉਹਨੂੰ ਪੁੱਛ ਲਓ ਬੇਟਾ ਵੇਅਰ ਇਜ਼ ਅਮਰੀਕਾ ਉਹ ਦੱਸੇਗਾ ਦੱਸੇਗਾ ਵੀ ਵੇਅਰ ਇਜ਼ ਅਮਰੀਕਾ ਉਹ ਨਾ ਨਹੀਂ ਦੱਸੇਗਾ ਹੂ ਇਜ਼ ਦਾ ਪ੍ਰੈਜ਼ੀਡੈਂਟ ਆਫ ਅਮਰੀਕਾ ਸਾਡੇ ਜਿਹੇ ਬੱਚੇ ਨੇ ਤਲਾ ਓਏ ਭਾਰਤ ਦਾ ਪ੍ਰਧਾਨ ਮੰਤਰੀ ਕੌਣ ਹੈ ਭਾਰਤ ਦਾ ਪ੍ਰਧਾਨ ਮੰਤਰੀ ਕੌਣ ਹੈ ਅੰਗਰੇਜ਼ ਉਹ ਕਹਿੰਦਾ ਭਾਰਤ ਦਾ ਪ੍ਰਧਾਨ ਮੰਤਰੀ ਪੁੱਛਿਆ ਮੈਨੇ ਤਿੰਨ ਫਲਾਂ ਦੇ ਨਾਂ ਦੱਸ ਤੇ ਕਹਿੰਦਾ ਤਿੰਨ ਫਲਾਂ ਦਾ ਨਾਂ ਇੱਕ ਕੇਲਾ ਤੇ ਦੋ ਸੰਤਰੇ ਫੀਲਿੰਗ ਲੈਸ ਕਿ ਮੈਂ ਅੱਜ ਉਹਨਾਂ ਦੀ ਫੈਮਿਲੀ ਦਾ ਇੱਕ ਹਿੱਸਾ ਬਣਾਇਆ ਸੋ ਜ਼ੋਰਦਾਰ ਤਾਲੀਆਂ ਪਛਾੜੀ